ਥਾਣਾ ਝੰਡੇਰ 'ਚ ਪਿੰਡ ਕੰਦੋਵਾਲੀ ਪਿੰਡ ਦਾ ਜੀ। ਇੱਥੇ ਕਰੀਬ ਰਾਤ 1:30 ਵਜੇ ਦੀ ਕਰੀਬ ਵਾਰਦਾਤ ਹੋਈ ਹੈ। ਇਹਦੇ ਵਿੱਚ ਅਕਿਊਜ਼ਡ ਜਿਹੜਾ ਅੰਮ੍ਰਿਤਪਾਲ ਆ ਉਹਨੇ ਆਪਣੀ ਭਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕਰੀਬ 2.5 ਸਾਲ ਦਾ ਉਹਦਾ ਮਰਡਰ ਕੀਤਾ ਜੀ। ਤਾਂ ਇਹ ਹੋਈ ਹੈ ਜੀ, ਰਾਤੀ ਕਿਤੇ ਮਤਲਬ ਵੀ ਚੰਗੇ ਭਲੇ ਸੁੱਤੇ ਨੇ। ਇਹ ਨਸ਼ੇ ਦਾ ਆਦੀ ਸੀਗਾ, ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ, ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ। ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ, ਮੈਂ ਨਹੀਂ ਖਾਂਦਾ। ਪਰ ਰਾਤੀ ਕੱਲ੍ਹ ਕਿਤੇ ਕੋਈ ਪਤਾ ਨਹੀਂ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ। ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ, ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ। ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ, ਉਹਨੂੰ ਥਾਂ ਮਾਰਤਾ ਵਾ। ਅੱਗੋਂ ਇਹਦੀ ਭਰਜਾਈ ਅਤੇ ਸਾਡੀ ਧੀ ਨੌ ਰਾਣੀ ਇਹ ਮਤਲਬ ਤਕਰੀਬਨ ਕਮਰੇ 'ਚ ਆਪਣੇ ਬੱਚੇ ਨਾਲ ਸੁੱਤੀ ਸੀਗੀ। ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਇਹਨੇ ਉਹਦੇ 'ਤੇ ਵੀ ਵਾਰਦਾਤ ਦੇ ਦਿੱਤੀ। ਜਦੋਂ ਵਾਰਦਾਤ ਉਹਨੂੰ ਦੇ ਦਿੱਤੀ, ਬੱਚਾ ਕਿਤੇ ਰੋਇਆ, ਬੱਚੇ ਦੇ ਉੱਤੇ ਵੀ ਵਾਰਦਾਤ ਦਿੱਤੀ, ਸਾਰਿਆਂ ਦੀਆਂ ਰਗਾਂ ਵੱਢੀਆਂ ਜੀ, ਅਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ। ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ। ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ, ਪਰ ਨਸ਼ੇ ਦੇ ਉੱਤੇ ਕੋਈ ਨੱਥ ਨਹੀਂ ਗੀ ਪਾਈ ਅੱਜ ਤੱਕ, ਨਾ ਹੀ ਕਦੀ ਕਿਸੇ ਦਾ ਕੋਈ ਮਤਲਬ ਵੀ ਇਸ ਤਰ੍ਹਾਂ। ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ, ਧੀਆਂ ਰੰਡੀਆਂ ਹੋ ਗਈਆਂ ਨੇ, ਮਤਲਬ ਇਸ ਕਰਕੇ ਤਕਰੀਬਨ ਜਾਂ ਤਾਂ ਕੋਈ ਸਰਕਾਰ ਸਮੁੱਚਾ ਮਤਲਬ ਵਧੀਆ ਹੱਥ ਪਾਵੇ ਅਤੇ ਫਿਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ। ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ, ਕੋਈ ਨਹੀਂ ਜੇ ਤਕਰੀਬਨ ਮਤਲਬ ਕੰਟਰੋਲ ਹੈਗਾ ਜੀ। ਸ਼ਰੇਆਮ ਨਸ਼ਾ ਮਿਲਦਾ ਜੀ, ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਜੀ। ਨਸ਼ੇ ਦੇ ਕੰਟਰੋਲ ਕੋਈ ਨਹੀਂ ਗਾ, ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ, ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ। ਘਰਾਂ ਦੇ ਘਰ ਜਿਹੜੇ ਚਿਰਾਗ ਬੁੱਝਦੇ ਜਾਂਦੇ ਆ, ਕਾਫੀ ਹੱਸਦੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਗੁੱਝਾਂ ਕਰਕੇ ਸੁੱਟ ਦਿੱਤਾ ਇਹਨੇ। ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ, ਨਸ਼ੇ ਦੇ ਕੰਟਰੋਲ ਹੋਏ ਤਾਂ ਆਪੇ ਸਭ ਕੁਝ ਠੀਕ ਹੋਏ। ਇਹਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ। ਅੱਜ ਜੀ ਥਾਣਾ ਝੰਡੇਰ 'ਚ ਪਿੰਡ ਕੰਦੋਵਾਲੀ ਪਿੰਡ ਦਾ ਜੀ। ਇੱਥੇ ਕਰੀਬ ਰਾਤ 1:30 ਵਜੇ ਦੀ ਕਰੀਬ ਵਾਰਦਾਤ ਹੋਈ ਹੈ। ਇਹਦੇ ਵਿੱਚ ਅਕਿਊਜ਼ਡ ਜਿਹੜਾ ਅੰਮ੍ਰਿਤਪਾਲ ਆ ਉਹਨੇ ਆਪਣੀ ਭਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕਰੀਬ 2.5 ਸਾਲ ਦਾ ਉਹਦਾ ਮਰਡਰ ਕੀਤਾ ਜੀ। ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ ਰੀਜ਼ਨ? ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ। ਉਹਦੀ ਫੈਮਿਲੀ ਜਿਹੜੀ ਉਹ 'ਚ 2 ਬੇਟੀਆਂ ਨੇ, ਵਾਈਫ ਆ ਉਹ ਚਲੇ ਗਈ ਸੀਗੀ ਆਪਣੇ ਪੇਕੇ ਪਰਿਵਾਰ 'ਚ, ਇਸ ਕਰਕੇ ਥੋੜ੍ਹਾ ਸੀਗਾ ਜੀ। ਪਰਿਵਾਰ ਦਾ ਜਾਂ ਕੋਈ ਨਸ਼ਾ ਕਰਨ ਦਾ ਆਦੀ ਸੀਗਾ, ਨਸ਼ਾ ਪੀਣ ਜਾਂ ਮਿਲਦਾ? ਨਹੀਂ ਜੀ, ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਫਿਲਹਾਲ ਦੱਸਿਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਲੇਕਿਨ ਉਹ ਥੋੜ੍ਹਾ ਸੀਗਾ ਸਟ੍ਰੈਸ ਦੇ ਵਿੱਚ, ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ, ਵਾਈਫ ਔਰ 2 ਬੇਟੀਆਂ ਸੀਗੀਆਂ, ਜਿਹਦੇ ਕਰਕੇ ਇੰਨਾ ਸਟ੍ਰੈਸ ਸੀਗਾ। ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਹੈ ਨਹੀਂ, ਕੋਈ ਇਹੋ ਜਿਹੀ ਗੱਲ ਨੋਟਿਸ 'ਚ ਨਹੀਂ ਆਈ। ਔਰ ਇਹ ਸੀਗਾ ਥੋੜ੍ਹਾ ਇਹ ਮੈਂਟਲੀ ਥੋੜ੍ਹਾ ਸਟ੍ਰੈਸ 'ਚ ਸੀਗਾ, ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ 2 ਬੇਟੀਆਂ ਨੇ ਇਕੱਲੀਆਂ, ਉਹਦੇ ਕਰਕੇ ਥੋੜ੍ਹਾ ਸਟ੍ਰੈਸ 'ਚ ਰਹਿੰਦਾ ਸੀ ਅਤੇ ਉਹ ਚਲੇ ਗਿਆ। ਹਾਂਜੀ ਜੀ।